थोड़ी फैमिली कौन कौन हैगा यार? अच्छा कोई भी नहीं हैगा ते पीछे बैठे हम ਹੁਣ ਤਾਂ ਕੀ ਕਹਦੀ ਹੁਣ ਤਾਂ ਘਰ ਦੇ ਵਿੱਚ ਜਿਵੇਂ ਕਹਦੀ ਆ 4-5 ਸਾਲ ਹੋ ਗਏ ਲਗਾਤਾਰ ਮੌਤਾਂ ਹੀ ਹੋਈ ਜਾਂਦੀਆਂ ਨੇ ਹੁਣ ਤਾਂ ਸਿਰਫ ਇਕੱਲੀ ਮਾਤਾ ਹੀ ਆ ਮੈਂ ਤਾਂ ਉਲਟਾ ਬਲੇਮ ਲੱਗ ਗਿਆ ਕਿ ਹਾਂ ਵੀ ਸਾਡੀ ਭੈਣ ਇਹਨੇ ਮਾਰਨ ਵਾਸਤੇ ਸੱਦੀ ਸੀਗੀ ਕਿ ਕੈਨੇਡਾ ਬੁਲਾਈ ਇਹਨੇ ਧੱਕੇ ਨਾਲ ਹਨਾ ਕਿ ਮਾਰਨ ਵਾਸਤੇ ਇੱਥੇ ਮਰੀ ਹੋਈ ਆ ਕਿ ਜਾਣ ਕੇ ਹੁਣ ਪਾਈ ਪਿਆ ਵਾ ਆ ਸਵੇਰੇ ਵੀ 8 ਵਜੇ ਫੋਨ ਆ ਕੇ ਹਟਿਆ ਵਾ ਹਨਾ ਜੀ ਅਤੇ ਹੋਸਪਿਟਲ 'ਚੋਂ ਹੀ ਫੋਨ ਸੀ ਮੈਂ ਚੱਕਿਆ ਨਹੀਂ ਹੈਗਾ ਕਿਉਂਕਿ ਉਹ ਮੈਨੂੰ ਪਤਾ ਕਿਹੜੀ ਚੀਜ਼ ਲਈ ਫੋਨ ਕਰਦੇ ਨੇ ਵਾਰ ਵਾਰ ਹੈ ਨਾ ਕੱਲ੍ਹ ਦੁਪਹਿਰੋਂ ਬਾਅਦ ਹਾਂਜੀ ਸ਼ਾਮ ਨੂੰ ਮੈਨੂੰ ਫਿਰ ਫੋਨ ਕਰਕੇ ਕਹਿੰਦੇ ਕਿ $750 ਲੱਗਣਾ ਵਾ ਅਤੇ ਤੈਨੂੰ ਪੇ ਕਰਨਾ ਪੈਣਾ ਅਸੀਂ ਤਾਂ ਸਰਜਰੀ ਕਰਾਂਗੇ ਹੈ ਨਾ ਮੈਂ ਕਿਹਾ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਉਸ ਟਾਈਮ ਤਾਂ ਮੈਨੂੰ ਕਿਹਾ ਨਹੀਂ ਮੈਂ ਕਿਹਾ ਮੈਂ ਲਾਸਟ ਵੀਕ ਵੀ ਮੈਂ ਪੈਸੇ ਦਿੱਤੇ ਹੈ ਨਾ ਕਦੇ 2800 ਕਦੇ 2900 ਕਦੇ 1500 ਕਦੇ 2000 ਹੈ ਨਾ ਮੈਂ ਕਿਹਾ ਮੈਂ ਤੁਹਾਨੂੰ ਹਰ ਵੀਕ 4 ਦਿਨਾਂ ਬਾਅਦ ਮੈਂ ਇੰਨੇ ਪੈਸੇ ਤੁਹਾਨੂੰ ਕਿੱਥੋਂ ਲਿਆ ਕੇ ਦੇਈ ਜਾਵਾਂ ਜਿੰਨੇ ਮੈਂ ਕੰਮ ਤੋਂ ਪੈਸੇ ਕਮਾ ਕੇ ਲਿਆਉਣਾ ਸੀ ਸਾਰੇ ਪੈਸੇ ਮੈਂ ਇਹਨਾਂ ਡਾਕਟਰਾਂ ਨੂੰ ਦੇਈ ਜਾਂਦਾ ਵਾ ਉੱਧਰੋਂ ਆਪ ਸ਼ਰਾਬ ਸ਼ਰੂਬ ਪੀ ਕੇ ਮੈਨੂੰ ਫੋਨ ਲਾਦਾ ਕਿ ਤੂੰ ਐਂ ਕੀਤਾ ਜੇ ਕੀਤਾ ਮੈਂ ਤੁਸੀਂ ਮੰਨੋਗੇ ਨਹੀਂ ਕੰਮ 'ਤੇ ਵੀ ਹੁੰਦਾ ਤਾਂ ਵੀ ਦਿਮਾਗ ਇੰਨਾ ਸਟ੍ਰੈਸ 'ਚ ਹੁੰਦਾ ਅਤੇ ਜਾਣ ਵੇਲੇ ਵੀ ਇਹ ਸੋਚਣਾ ਕਿ ਜਾਣਾ ਕਿ ਨਾ ਜਾਵਾਂ ਹੈ ਨਾ ਕਿ ਜਾਊਂਗਾ ਤਾਂ ਮੈਂ ਪੈਸੇ ਦਊਂਗਾ ਇਹਨਾਂ ਨੂੰ ਜਿਹੜਾ ਹੁਣ ਇੰਨੇ $1.5 ਲੱਖ ਕ੍ਰੋਸ ਕਰ ਗਏ ਹਾਂ ਇੱਕ ਤਰ੍ਹਾਂ ਦਾ ਇੰਡੀਆ ਦਾ 1 ਕਰੋੜ ਰੁਪਇਆ ਮੈਂ ਕ੍ਰੋਸ ਕਰ ਚੁੱਕਿਆ ਮੈਂ ਹੈ ਨਾ 1 ਕਰੋੜ ਦਾ ਦੇਖਿਆ ਜਾਵੇ ਉੱਥੇ ਤਾਂ ਤੁਹਾਨੂੰ ਵੀ ਪਤਾ ਤੁਸੀਂ ਉੱਥੋਂ ਆਏ ਹੋ ਹੈ ਨਾ ਕਿ ਬਹੁਤ ਚੀਜ਼ ਹੋ ਜਾਂਦੀ 1 ਕਰੋੜ ਨਾਲ ਤਾਂ ਹੋਸਪਿਟਲ ਤੱਕ ਵੀ ਮੁੱਲ ਖਰੀਦਿਆ ਜਾਂਦਾ ਵਾ ਸਮਾਂ ਤਾਂ ਹੀ ਉਹ ਤਾਂ ਡਾਕਟਰ ਤਾਂ ਤੁਹਾਨੂੰ ਮੈਂ ਸਾਫ਼ ਦੱਸਾਂ ਜੀ ਉਹ ਬ੍ਰੇਨ ਦੀ ਵੇਟ ਕਰਦੇ ਆ ਉਹ ਉਹਨਾਂ ਦੇ ਹਿਸਾਬ ਨਾਲ ਕਿ ਬ੍ਰੇਨ ਨੇ ਚੱਲਣਾ ਨਹੀਂ ਹੈ ਦੋਸਤੋ 7 ਸਮੁੰਦਰ ਪਾਰ ਪੰਜਾਬ ਭਾਰਤ ਤੋਂ ਇੱਕ ਮਾਂ ਆਪਣੇ ਬੇਟੇ ਨੂੰ ਮਿਲਣ ਲਈ ਕੈਨੇਡਾ ਵਿੱਚ ਆਉਂਦੀ ਹੈ ਵਿਜ਼ਟਰ ਵੀਜ਼ਾ 'ਤੇ ਲੁਧਿਆਣਾ ਤੋਂ ਬਿਲੋਂਗ ਕਰਦੀ ਇਹ ਮਾਂ ਜਦੋਂ ਆਪਣੇ ਬੇਟੇ ਨੂੰ ਮਿਲਦੀ ਹੈ ਤਾਂ ਚਾਈਂ ਹਰ ਕੋਈ ਬਹੁਤ ਖੁਸ਼ ਹੁੰਦਾ ਆ ਬਹੁਤ ਸਮੇਂ ਬਾਅਦ ਪਰਿਵਾਰ ਆਪਸ ਦੇ ਵਿੱਚ ਮਿਲਦਾ ਆ ਪਰ ਇਸ ਵੇਲੇ ਇਹ ਮਾਂ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਅਤੇ ਇਹਨਾਂ ਦੇ ਇਲਾਜ ਦੇ ਉੱਤੇ $1,00,000 ਦਾ ਖਰਚਾ ਹੁਣ ਤੱਕ ਆ ਚੁੱਕਿਆ ਆ ਅਤੇ ਅੱਗੇ ਵੀ ਅਜੇ ਖਰਚਾ ਆ ਰਿਹਾ ਹੈ ਜਿਸ ਨੂੰ ਲੈ ਕੇ ਇਹਨਾਂ ਦੇ ਬੇਟੇ ਕਰਮਜੀਤ ਸਿੰਘ ਦੇ ਵੱਲੋਂ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੀ ਮਦਰ ਦੇ ਇਲਾਜ ਦੇ ਲਈ ਕੁਛ ਨਾ ਕੁਛ ਫਾਈਨੈਂਸ਼ੀਅਲ ਹੈਲਪ ਕੀਤੀ ਜਾਵੇ ਤੁਹਾਨੂੰ ਦੱਸ ਦਈਏ ਕਿ ਇੱਥੇ ਕੁਛ ਇੰਸ਼ੋਰੈਂਸ ਦੀ ਲਾਪਰਵਾਹੀ ਦਾ ਮਾਮਲਾ ਵੀ ਸਾਹਮਣੇ ਆਇਆ ਆ ਅਸਲ ਦੇ ਵਿੱਚ ਇਹ ਅਕਸਰ ਕਿਹਾ ਜਾਂਦਾ ਹੈ ਕਿ ਕੈਨੇਡਾ ਵਿੱਚ ਜਦੋਂ ਵੀ ਤੁਸੀਂ ਟੈਂਪਰੇਰੀ ਵੀਜ਼ਾ ਦੇ ਉੱਤੇ ਆਉਂਦੇ ਹੋ ਜਾਂ ਜਿੰਨੀ ਦੇਰ ਤੱਕ ਤੁਹਾਡੇ ਕੋਲ ਕੈਨੇਡਾ ਵਿੱਚ ਇੰਸ਼ੋਰੈਂਸ ਨਹੀਂ ਹੈ ਆਪਣੀ ਇੰਸ਼ੋਰੈਂਸ ਤੁਸੀਂ ਕਰਵਾਓ ਜ਼ਰੂਰ ਕਿਉਂਕਿ ਇੱਥੇ ਕੁਝ ਨਹੀਂ ਪਤਾ ਕਦੋਂ ਕੋਈ ਅਣਹੋਣੀ ਹੋ ਜਾਵੇ ਕੁਝ ਅਜਿਹਾ ਹੀ ਕਰਮਜੀਤ ਦੀ ਮਾਂ ਦੇ ਨਾਲ ਹੋਇਆ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਕਰਮਜੀਤ ਇੰਸ਼ੋਰੈਂਸ ਏਜੰਟ ਦੀ ਲਾਪਰਵਾਹੀ ਦੀ ਗੱਲ ਕਰ ਰਿਹਾ ਤਾਂ ਉੱਥੇ ਇੰਸ਼ੋਰੈਂਸ ਏਜੰਟ ਵੀ ਇਸ ਮਾਮਲੇ ਦੇ ਵਿੱਚ ਕਰਮਜੀਤ ਦੀ ਲਾਪਰਵਾਹੀ ਦੀ ਗੱਲ ਕਰ ਰਹੇ ਨੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਕਰਮਜੀਤ ਨਾਲ ਹੋਈ ਗੱਲਬਾਤ ਸੁਣਾਉਂਦੇ ਹਾਂ ਕਰਮਜੀਤ ਵਿਲੀਅਮ ਔਸਲਰ ਹਸਪੀਟਲ ਬ੍ਰੈਂਪਟਨ ਦੇ ਵਿੱਚ ਇਸ ਵਕਤ ਅਸੀਂ ਹੈਗੇ ਹਾਂ ਅਤੇ ਤੁਹਾਡੇ ਮਦਰ ਇੱਥੇ ਕਿੰਨੀ ਤਰੀਕ ਤੋਂ ਇੱਥੇ ਐਡਮਿਟ ਨੇ ਇੱਥੇ 25 ਸਤੰਬਰ ਤੋਂ ਐਡਮਿਟ ਨੇ ਹਾਂਜੀ 25 ਤਰੀਕ ਰਾਤ ਨੂੰ ਹਸਪੀਟਲ ਆਏ ਸੀਗੇ ਅਤੇ 25 ਤੋਂ ਲੈ ਕੇ ਹੁਣ ਤੱਕ ਸਟਿਲ ਹਸਪੀਟਲ 'ਚ ਹੀ ਨੇ ਜਦੋਂ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਸੀ ਤੁਸੀਂ ਇੰਸ਼ੋਰੈਂਸ ਕਰਵਾਈ ਸੀ ਉਹਨਾਂ ਦੀ ਹਾਂਜੀ ਇੰਸ਼ੋਰੈਂਸ ਇੱਥੇ ਆਇਆਂ ਦੀ ਕਰਵਾਈ ਸੀ ਤੇ ਮੈਂ 20 ਤਰੀਕ ਨੂੰ ਇੰਸ਼ੋਰੈਂਸ ਕਰਵਾਈ ਸੀਗੀ ਮੈਂ ਮੰਮੀ ਦੇ ਨਾਲ ਗਿਆ ਵੀ ਆ ਤੇ ਹਸਪੀਟਲ ਗਏ ਉੱਥੇ ਇੰਸ਼ੋਰੈਂਸ ਵਾਲਿਆਂ ਦੇ ਆਫਿਸ ਗਏ ਆ ਤੇ ਉਹ ਉਹਨਾਂ ਘੱਟੋ ਘੱਟ ਅਸੀਂ 1 ਘੰਟਾ ਉੱਥੇ ਬੈਠੇ ਵੀ ਰਹੇ ਹਾਂ ਅਤੇ ਚਾਹ ਚੂਹ ਵੀ ਪੀਤੀ ਸਾਰਾ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਹਾਂ ਫਿਰ ਉਹਨਾਂ ਨੇ ਮੈਂ ਕਿਹਾ ਵੀ ਮੈਂ ਕਿਹਾ ਵੀਰੇ 2 ਮਿੰਟ ਲੱਗਣੇ ਹੈ ਨਾ ਕਿ ਆਪਾਂ ਉੱਪਰ ਬਹਿ ਕੇ ਕਰ ਹੀ ਲੈਂਦੇ ਹਾਂ ਇੰਸ਼ੋਰੈਂਸ ਹੈ ਨਾ ਅਤੇ ਕਹਿੰਦੇ ਕੋਈ ਗੱਲ ਨਹੀਂ ਹੈ ਨਾ ਤੂੰ ਟੈਨਸ਼ਨ ਨਾ ਲੈ ਮੈਂ ਬਣਾ ਕੇ ਹੁਣੀ ਭੇਜ ਦਿੰਦਾ ਅਤੇ ਮੈਨੂੰ ਉਹ ਫੋਟੋ ਦੇ ਦੇ ਹੈ ਨਾ ਅਤੇ ਉਹਨਾਂ ਨੇ ਆਧਾਰ ਕਾਰਡ ਦੀ ਇੰਡੀਆ ਦੇ ਹੈ ਨਾ ਕਹਿੰਦਾ ਮੈਨੂੰ ਤਾਂ ਡੇਟ ਆਫ ਬਰਥ ਚਾਹੀਦੀ ਆ ਅਤੇ ਨਾਮ ਚਾਹੀਦਾ ਵਾ ਉਹਨਾਂ ਨੇ ਉਹ ਚੀਜ਼ਾਂ ਲੈ ਕੇ ਉਹਦੀ ਫੋਟੋ ਲੈ ਲਈ ਅਤੇ ਆਪਦੇ ਮੈਨੂੰ ਕਹਿੰਦੇ ਮੈਂ ਕਰਕੇ ਭੇਜ ਦਿੰਦਾ ਉਸ ਤੋਂ ਬਾਅਦ ਉਹਨਾਂ ਨੇ ਭੇਜਿਆ ਨਹੀਂ ਕੁਛ ਉਸ ਤੋਂ ਬਾਅਦ ਮੈਂ ਘਰੇ ਆ ਕੇ ਵੀ ਮੈਂ ਫੋਨ ਕੀਤਾ 3 ਵਾਰੀ ਮੈਂ ਫੋਨ ਕੀਤਾ ਨਾ ਫਿਰ ਉਸ ਤੋਂ ਬਾਅਦ ਮੈਨੂੰ ਕੰਮ ਤੋਂ ਫੋਨ ਆ ਗਿਆ ਅਤੇ ਫਿਰ ਤੁਹਾਨੂੰ ਪਤਾ ਕਿਉਂ ਮੈਂ ਟਰੱਕ ਚਲਾਉਂਦਾ ਮੈਂ ਦਿਨ ਰਾਤ ਫਿਰ ਉਹੋ ਜਿਹਾ ਹੋ ਜਾਂਦਾ ਬਾਈ ਅਤੇ ਮੈਨੂੰ ਤਾਂ ਕਿਉਂਕਿ ਸੀਗਾ ਕਿ ਹਾਂ ਵੀ ਕੀਤੀ ਹੋਈ ਤੁਹਾਨੂੰ ਲੱਗਿਆ ਕਿ ਇੰਸ਼ੋਰੈਂਸ ਹੋ ਚੁੱਕੀ ਹੈ ਕਿਉਂਕਿ ਮੇਰੇ ਦੋਸਤ ਨੇ ਵੀ ਮੈਨੂੰ ਪੁੱਛਿਆ ਨਾ ਕਿ ਕਿੱਦਾਂ ਇੰਸ਼ੋਰੈਂਸ ਦਾ ਮਾਤਾ ਦਾ ਨਾ ਮੈਂ ਕਿਹਾ ਹੋਈ ਹੋਈ ਇੰਸ਼ੋਰੈਂਸ ਹੈ ਨਾ ਕਿਉਂਕਿ ਜੇ ਮੈਨੂੰ ਪਤਾ ਜੇ ਮੈਂ ਦੇ ਕੇ ਆਇਆ ਤਾਂ ਮੈਂ ਇਹ ਚੀਜ਼ ਕਹੀ ਆ ਉਹਨੂੰ ਜੇ ਨਾ ਹੁੰਦੀ ਤਾਂ ਮੈਂ ਸ਼ਾਇਦ ਉਹਨੂੰ ਕਹਿੰਦਾ ਕਿ ਆਪਾਂ ਕੋਈ ਬੰਦਾ ਦੇਖੀਏ ਕਰਾ ਲਈਏ ਕਿਉਂਕਿ ਮੈਂ ਉਹ ਠੀਕ ਆ ਮੈਨੂੰ ਸਾਰਿਆਂ ਨੇ ਕਿਹਾ ਇੰਡੀਆ ਤੋਂ ਆਉਣ ਤੋਂ ਪਹਿਲਾਂ ਕਰਾਉਣੀ ਚਾਹੀਦੀ ਸੀ ਤੈਨੂੰ ਨਹੀਂ ਕਿਉਂਕਿ ਲਾਸਟ ਟਾਈਮ ਡੈਡੀ ਆਏ ਸੀਗੇ ਨਾਲ ਅਤੇ ਇੱਥੇ ਆ ਕੇ ਬਿਮਾਰ ਹੋ ਗਏ ਅਤੇ ਉਦੋਂ ਇਹਨਾਂ ਨੇ ਕਵਰ ਨਹੀਂ ਕੀਤੀ ਹੈ ਨਾ ਮੈਨੂੰ ਕਹਿੰਦੇ ਕਿ ਇੰਡੀਆ ਜਾ ਕੇ ਆਉਂਦਾ ਤੁਸੀਂ ਕਲੇਮ ਕਲੂਮ ਕਰ ਲਿਓ ਅਤੇ ਇੱਥੇ ਨਹੀਂ ਕਹਿੰਦਾ ਇੱਥੇ ਤੁਹਾਨੂੰ ਪੇ ਕਰਨਾ ਪੈਣਾ ਵਾ ਫਿਰ ਮੇਰੇ ਮਾਇੰਡ 'ਚ ਉਹੀ ਰਿਹਾ ਮੈਂ ਕਿਹਾ ਇੱਥੇ ਆਇਆ ਤਾਂ ਹੀ ਕਰਾ ਲਊਗਾ ਅਤੇ ਉੱਥੇ ਤਾਂ ਫਿਰ ਕੋਈ ਫਾਇਦਾ ਹੈ ਨਹੀਂ ਉੱਥੇ ਵਾਲੀ ਦਾ ਤਾਂ ਕਿਸੇ ਰਿਲੇਟਿਵਸ ਨੇ ਸਪੋਰਟ ਵਗੈਰਾ ਨਹੀਂ ਕੀਤੀ ਹੈਗੀ ਕਿਸੇ ਨੇ ਮੈਂ ਤਾਂ ਉਲਟਾ ਬਲੇਮ ਲੱਗ ਗਿਆ ਕਿ ਹਾਂ ਵੀ ਸਾਡੀ ਭੈਣ ਇਹਨੇ ਮਾਰਨ ਵਾਸਤੇ ਸੱਦੀ ਸੀਗੀ ਕਿ ਕੈਨੇਡਾ ਬੁਲਾਈ ਇਹਨੇ ਧੱਕੇ ਨਾਲ ਹੈ ਨਾ
कि मारन वास्ते इत्थे मरी हुई आ कि जान के हुण पाई पिया वा कि सिर्फ प्रॉपर्टी के चक्कर नूं ना मैं की करना वा प्रॉपर्टी प्रॉपर्टी तो ना ही की अचानक ही उन्हां दी तबीयत बिगड़ गई सी या किवें उन्हां दी हेल्थ नूं की प्रॉब्लम होई नहीं कोई कोई प्रॉब्लम नहीं सी कुछ नहीं सी सारा कुछ वधिया सी हसदे खेडदे सीगे ते मैनू फोन किया वा कि हाँ भी कहते चले हाँ बहर तो अपने इतने वालमार्ट वगैरह गए ग्रोसरी ग्रूसरी लैन गए आ मैं दिखाया फोटो फोटो है ना सारा कुछ फोन करके आ दे ला है ना कि अस इतने आए हाँ कोई यह जी गलबात नहीं कुछ नहीं ਤੁਸੀਂ ਕਿਹਾ ਕੋਈ ਗੱਲਬਾਤ ਨਹੀਂ ਸੀ ਫਿਰ ਡਾਕਟਰਸ ਹੁਣ ਕੀ ਕਹਿ ਰਹੇ ਨੇ ਕੀ ਉਹਨਾਂ ਦੀ ਇਸ ਵਕਤ ਕੰਡੀਸ਼ਨ ਹੈਗੀ ਆ ਕੋਈ ਇੰਪਰੂਵਮੈਂਟ ਆਈ ਆ ਹਾਂਜੀ ਹੁਣ ਜਿਵੇਂ ਕਹਿ ਦਈਏ $1.5 ਲੱਖ ਤੋਂ ਤਾਂ ਉੱਤੇ ਕ੍ਰੋਸ ਕਰ ਚੁੱਕਿਆ ਵਾ $1.5 ਲੱਖ ਤੋਂ ਅਤੇ ਸਵੇਰੇ ਵੀ ਅੱਜ 8 ਵਜੇ ਫੋਨ ਆ ਕੇ ਹਟਿਆ ਵਾ ਹੈ ਨਾ ਜੀ ਅਤੇ ਹੋਸਪਿਟਲ 'ਚੋਂ ਹੀ ਫੋਨ ਸੀ ਮੈਂ ਚੱਕਿਆ ਨਹੀਂ ਹੈਗਾ ਕਿਉਂਕਿ ਉਹ ਮੈਨੂੰ ਪਤਾ ਜਿਹੜੀ ਚੀਜ਼ ਲਈ ਫੋਨ ਕਰਦੇ ਨੇ ਵਾਰ ਵਾਰ ਹੈ ਨਾ ਅਤੇ ਕੱਲ੍ਹ ਵੀ ਮੈਨੂੰ ਫੋਨ ਆਇਆ ਸੀ ਪਹਿਲਾਂ ਤਾਂ ਮੈਂ ਇਹਨਾਂ ਦੇ ਕੋਲ ਮੈਨੂੰ ਕਈ ਦਿਨ ਤੋਂ ਕਹਿ ਰਹੇ ਸੀਗੇ ਕਿ ਇੱਥੇ ਪਾਈਪ ਪਾਉਣ ਵਾਸਤੇ ਕਹਿ ਰਹੇ ਸੀ ਮੂੰਹ 'ਚੋਂ ਕੱਢ ਕੇ ਅਤੇ ਮੈਂ ਗਿਆ ਵੀ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਕੋਈ ਗੱਲ ਨਹੀਂ ਹੈ ਨਾ ਮੈਂ ਕਿਹਾ ਜੇ ਤੁਸੀਂ ਕਰਨਾ ਚ ਪਹਿਲਾਂ ਮੈਂ ਪੁੱਛਿਆ ਸਾਰਿਆਂ ਨੂੰ ਆਪਣੇ ਇੰਡੀਆ ਵੀ ਇੱਧਰ ਉੱਧਰ ਡਾਕਟਰਾਂ ਨੂੰ ਵੀ ਪੁੱਛਿਆ ਕਿ ਇਹ ਚੀਜ਼ ਦਾ ਉਹ ਕਹਿੰਦੇ ਕੋਈ ਨਹੀਂ ਇਹ ਰਿਕਵਰ ਹੋ ਜਾਂਦੀ ਹੁੰਦੀ ਆ ਇਹਦੀ ਨਾ ਬਰੀਕ ਕਰ ਰਹਿਣਾ ਕਿਉਂਕਿ ਤੁਹਾਨੂੰ ਪਤਾ ਜਦੋਂ ਇੱਥੇ ਆਪਾਂ ਕਿਸੇ ਨਾਲ ਗੱਲ ਕਰਦੇ ਡਾਕਟਰ ਨਾਲ ਇਹ ਉਹੋ ਜਿਹੀ ਗੱਲ ਕਰਦੇ ਨਹੀਂ ਹੈਗੇ ਕਿ ਹਾਂ ਮੇਰੇ ਮੂੰਹ 'ਚ ਕੋਈ ਇੱਦਾਂ ਦੀ ਗੱਲ ਨਾ ਨਿਕਲ ਜੇ ਕਿ ਇਹ ਕੱਲ੍ਹ ਨੂੰ ਮੇਰੇ 'ਤੇ ਉੱਠ ਕੇ ਬਲੇਮ ਕਰ ਦੇਵੇ ਹੈ ਨਾ ਅਤੇ ਉਹ ਮੈਨੂੰ ਕਹਿੰਦੇ ਠੀਕ ਹੋ ਜੂ ਕੋਈ ਨਹੀਂ ਕਹਿ ਕੇ ਕਰਾ ਲਾ ਜੇ ਕਰਾ ਕਰਦੇ ਨੇ ਇੱਦਾਂ ਨਾ ਕਿ ਮੂੰਹ ਵਾਲਾ ਥੋੜ੍ਹਾ ਸੌਖਾ ਹੋ ਜੂਗਾ ਸਾਹ ਲੈਣ ਵਾਲਾ ਇਹਦਾ ਕੰਮ ਆ ਅਤੇ ਉਹ ਇਨਫੈਕਸ਼ਨ ਤੋਂ ਕਹਿੰਦੇ ਫਿਰ ਡਰ ਨਹੀਂ ਹੁੰਦਾ ਗਾ ਅਤੇ ਉਹ ਮੈਂ ਉਹਨਾਂ ਨੂੰ ਕਿਹਾ ਅਤੇ ਨਾਲੇ ਸਾਰਾ ਕੁਛ ਦੱਸ ਕੇ ਕਹਿ ਕੇ ਕਰਕੇ ਆਇਆ ਵਾਂ ਅਤੇ ਉਸ ਤੋਂ ਬਾਅਦ ਮੈਨੂੰ ਸ਼ਾਮ ਨੂੰ ਕੱਲ੍ਹ ਦੁਪਹਿਰੋਂ ਬਾਅਦ ਹਾਂਜੀ ਸ਼ਾਮ ਨੂੰ ਮੈਨੂੰ ਫਿਰ ਫੋਨ ਕਰਕੇ ਕਹਿੰਦੇ ਕਿ $750 ਲੱਗਣਾ ਵਾ ਅਤੇ ਤੈਨੂੰ ਪੇ ਕਰਨਾ ਪੈਣਾ ਅਸੀਂ ਤਾਂ ਸਰਜਰੀ ਕਰਾਂਗੇ ਹੈ ਨਾ ਮੈਂ ਕਿਹਾ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਤੁਸੀਂ ਉਸ ਟਾਈਮ ਤਾਂ ਮੈਨੂੰ ਕਿਹਾ ਨਹੀਂ ਮੈਂ ਕਿਹਾ ਮੈਂ ਲਾਸਟ ਵੀਕ ਵੀ ਮੈਂ ਪੈਸੇ ਦਿੱਤੇ ਹੈ ਨਾ ਕਦੇ 2800 ਕਦੇ 2900 ਕਦੇ 1500 ਕਦੇ 2000 ਹੈ ਨਾ ਮੈਂ ਕਿਹਾ ਮੈਂ ਤੁਹਾਨੂੰ ਹਰ ਵੀਕ 4 ਦਿਨਾਂ ਬਾਅਦ ਮੈਂ ਇੰਨੇ ਪੈਸੇ ਤੁਹਾਨੂੰ ਕਿੱਥੋਂ ਲਿਆ ਕੇ ਦੇਈ ਜਾਵਾਂ ਜਿੰਨੇ ਮੈਂ ਕੰਮ ਤੋਂ ਪੈਸੇ ਕਮਾ ਕੇ ਲਿਆਉਣਾ ਸੀ ਸਾਰੇ ਪੈਸੇ ਮੈਂ ਇਹਨਾਂ ਡਾਕਟਰਾਂ ਨੂੰ ਦੇਈ ਜਾਂਦਾ ਵਾਂ ਮੈਂ ਤਾਂ ਇਹ ਵੀ ਕੋਸ਼ਿਸ਼ ਕਰ ਰਿਹਾ ਕਿ ਹਾਂ ਵੀ ਕੋਈ ਇਹੋ ਜਿਹਾ ਰਾਸਤਾ ਲੱਭ ਜਾਵੇ ਮੈਨੂੰ ਕੋਈ ਇੰਡੀਆ ਲੈ ਕੇ ਜਾਣ ਦਾ ਵੀ ਰਾਸਤਾ ਲੱਭ ਜਾਵੇ ਕਿਉਂਕਿ ਉਹ ਕੋਈ ਇਹੋ ਜਿਹਾ ਹਜੇ ਕੁਛ ਵੀ ਨਹੀਂ ਹੈਗਾ ਕਿਉਂਕਿ ਮੈਂ ਇੰਸ਼ੋਰੈਂਸ ਵਾਲਿਆਂ ਨੂੰ ਹੁਣ ਕਲੇਮ ਦੀ ਜਿਵੇਂ ਗੱਲ ਹੋ ਰਹੀ ਹੈ ਤੁਸੀਂ ਇੰਸ਼ੋਰੈਂਸ ਏਜੰਟ ਨਾਲ ਗੱਲ ਕੀਤੀ ਆ ਅਤੇ ਮੈਟਰ ਹਜੇ ਇਸ ਚੀਜ਼ ਦੇ ਵਿੱਚ ਹੈਗਾ ਕਿ ਕਿਸੇ ਦੀ ਲਾਪਰਵਾਹੀ ਦੇ ਕਰਕੇ ਵੀ ਜਿਹੜਾ ਤੁਹਾਨੂੰ ਇਸ ਵਕਤ ਇੰਨਾ ਜ਼ਿਆਦਾ ਭੁਗਤਣਾ ਪੈ ਰਿਹਾ ਪਰ ਹੁਣ ਇਸ ਵਕਤ ਤੁਹਾਡੀ ਅਪੀਲ ਕੀ ਹੈ ਤੁਸੀਂ ਗੋਫੰਡਮੀ ਦੇ ਉੱਤੇ ਵੀ ਪੇਜ ਬਣਾਇਆ ਵਾ ਸੋ ਕੀ ਸਪੋਰਟ ਦੇ ਵਿੱਚ ਬਣਾਇਆ ਜਿੰਨੇ ਜੋਗਾ ਹੈਗਾ ਮੈਂ ਕਰੀ ਵੀ ਜਾਂਦਾ ਵਾਂ ਅਤੇ ਹੁਣ ਮੰਗ ਵੀ ਨਹੀਂ ਰਿਹਾ ਦੇਖਿਆ ਜਾਵੇ ਤਾਂ ਮੈਂ ਹੈ ਨਾ ਕਿ ਮੈਂ ਕਿਸੇ ਰਿਸ਼ਤੇਦਾਰ ਨੂੰ ਮੈਂ ਸਾਰਿਆਂ ਨੂੰ ਸਵਾਲ ਪਾਇਆ ਸੀ ਮੈਂ ਕਿਹਾ ਤੁਸੀਂ ਐਂ ਕਰੋ ਕਿ ਰਲ ਮਿਲ ਕੇ ਹੈ ਨਾ ਥੋੜ੍ਹੇ ਥੋੜ੍ਹੇ ਕਰਕੇ ਮੈਨੂੰ ਦੇ ਦਿਓ ਇਹ ਵੀ ਨਹੀਂ ਹੈਗਾ ਕਿ ਮੈਂ ਤੁਹਾਨੂੰ ਵਾਪਸ ਨਹੀਂ ਕਰੂੰ ਹੈ ਨਾ ਕਿ ਜਿੱਦਾਂ ਦੀ ਮੇਰੀ ਮਾਂ ਵਾ ਤੁਹਾਡੀ ਭੈਣ ਵੀ ਆ ਹੈ ਨਾ ਮੈਂ ਤੁਸੀਂ ਮੰਨੋਗੇ ਨਹੀਂ ਕੰਮ 'ਤੇ ਵੀ ਹੁੰਦਾ ਤਾਂ ਵੀ ਦਿਮਾਗ ਇੰਨਾ ਸਟ੍ਰੈਸ 'ਚ ਹੁੰਦਾ ਅਤੇ ਜਾਣ ਵੇਲੇ ਵੀ ਇਹ ਸੋਚਣਾ ਕਿ ਜਾਣਾ ਕਿ ਨਾ ਜਾਵਾਂ ਹੈ ਨਾ ਕਿ ਜਾਊਂਗਾ ਤਾਂ ਮੈਂ ਪੈਸੇ ਦਊਂਗਾ ਇਹਨਾਂ ਨੂੰ ਸੋ ਹੁਣ ਤੁਸੀਂ ਕਿਹਾ ਕਿ ਕਿਸੇ ਵੇ ਨਾਲ ਇੰਡੀਆ ਜਾਣ ਦੀ ਤੁਸੀਂ ਉੱਥੇ ਇੰਡੀਆ ਜਾ ਕੇ ਵੀ ਜੇ ਇਲਾਜ ਕਰਵਾਉਂਦੇ ਹੋ ਤਾਂ ਉਹ ਵੀ ਕੋਈ ਇੰਨਾ ਸਸਤਾ ਨਹੀਂ ਹੋਏਗਾ ਇਲਾਜ ਨਹੀਂ ਇੱਥੋਂ ਨਾਲੋਂ ਤਾਂ ਸਸਤਾ ਹੋਊਗਾ ਨਾ ਜੀ ਜਿਹੜਾ ਹੁਣ ਇੰਨੇ $1.5 ਲੱਖ ਕ੍ਰੋਸ ਕਰ ਗਏ ਆ ਇੱਕ ਤਰ੍ਹਾਂ ਦਾ ਇੰਡੀਆ ਦਾ 1 ਕਰੋੜ ਰੁਪਇਆ ਮੈਂ ਕ੍ਰੋਸ ਕਰ ਚੁੱਕਿਆ ਹੈ ਨਾ ਜੀ 1 ਕਰੋੜ ਦਾ ਦੇਖਿਆ ਜਾਵੇ ਉੱਥੇ ਤਾਂ ਤੁਹਾਨੂੰ ਵੀ ਪਤਾ ਤੁਸੀਂ ਉੱਥੋਂ ਆਏ ਹੋ ਹੈ ਨਾ ਕਿ ਬਹੁਤ ਚੀਜ਼ ਹੋ ਜਾਂਦੀ 1 ਕਰੋੜ ਨਾਲ ਤਾਂ ਹਸਪੀਟਲ ਤੱਕ ਵੀ ਮੁੱਲ ਖਰੀਦਿਆ ਜਾਂਦਾ ਵਾ ਤੁਸੀਂ ਜਦੋਂ ਇਸ ਇੰਸ਼ੋਰੈਂਸ ਏਜੰਟ ਦੇ ਨਾਲ ਗੱਲ ਕੀਤੀ ਸੀ ਕੋਈ ਆਪਸ 'ਚ ਕੋਈ ਵਾਹ ਵਾਸਤਾ ਸੀਗਾ ਕੋਈ ਲਿੰਕ ਸੀਗਾ ਕੋਈ ਜਾਣ ਪਛਾਣ ਵਾਲੀ ਸੀ ਜਾਂ ਵੈਸੇ ਕਿਸੇ ਨੂੰ ਅਨਨੋਨ ਦੇ ਨਾਲ ਗੱਲਬਾਤ ਹੋ ਗਈ ਸੀ ਸਾਡੇ ਨਹੀਂ ਸਾਡੇ ਲੋਕਲ ਸ਼ਹਿਰ ਦੇ ਸੀਗੇ ਸਾਡੇ ਲੁਧਿਆਣੇ ਸ਼ਹਿਰ ਦੇ ਲੋਕਲ ਸੀਗਾ ਬੰਦਾ ਹੈ ਨਾ ਅਤੇ ਇਹ ਵੀ ਨਹੀਂ ਹੈਗਾ ਕਿ ਕੋਈ ਅਨਨੋਨ ਪਰਸਨ ਸੀਗਾ ਕਿ ਵਧੀਆ ਜਾਣਦਾ ਸੀ ਕੋਈ ਬਹੁਤ ਵਧੀਆ ਰਿਲੇਸ਼ਨ ਸੀਗਾ ਕਿ ਆਪਾਂ ਇੱਕ ਟਰੱਸਟ ਦੇ ਹਿਸਾਬ 'ਤੇ ਆਪਾਂ ਕਹਿ ਸਕਦੇ ਹਾਂ ਨਾ ਕਿ ਮੈਂ ਉਹਦੇ ਯਕੀਨ ਕਰਕੇ ਮੈਂ ਉੱਠ ਕੇ ਹੀ ਉਹਦੇ ਕੋਲ ਗਿਆ ਸੀਗਾ ਕਿ ਮੈਂ ਯਕੀਨ ਕਰਦਾ ਸੀਗਾ ਅਤੇ ਜਾਣ ਨੂੰ ਤਾਂ ਹੁਣ ਮੈਨੂੰ ਹੋਰ ਵੀ ਬਹੁਤ ਲੋਕ ਜਾਣਦੇ ਨੇ ਮੈਂ ਉਹਨਾਂ ਕੋਲ ਵੀ ਜਾ ਸਕਦੇ ਪਰ ਉਹ ਮੈਨੂੰ ਇੱਥੇ ਆ ਕੇ ਮਿਲੇ ਨੇ ਠੀਕ ਹੈ ਜੀ ਉਹ ਬੈਕ ਹੋਮ ਤੋਂ ਜਾਣਦੇ ਸੀਗੇ ਸੋ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਅਤੇ ਡਾਕਟਰਸ ਆਖਰੀ ਸਵਾਲ ਇਹ ਪੁੱਛਣਾ ਚਾਹੂੰਗੀ ਡਾਕਟਰਸ ਕੰਡੀਸ਼ਨ ਦੇ ਬਾਰੇ ਵਿੱਚ ਕੀ ਕਹਿ ਰਹੇ ਨੇ ਕਿੰਨੀ ਕੁ ਇੰਪਰੂਵਮੈਂਟ ਦੇਖਣ ਨੂੰ ਮਿਲ ਰਹੀ ਆ ਅਤੇ ਕਿੰਨਾ ਕੁ ਸਮਾਂ ਹਜੇ ਕਹਿ ਰਹੇ ਆ ਕਿ ਲੱਗ ਸਕਦਾ ਹੈ ਹੋਰ ਸਮਾਂ ਤਾਂ ਜੀ ਉਹ ਤਾਂ ਡਾਕਟਰ ਤਾਂ ਤੁਹਾਨੂੰ ਮੈਂ ਸਾਫ਼ ਦੱਸਾਂ ਜੀ ਉਹ ਬ੍ਰੇਨ ਦੀ ਵੇਟ ਕਰਦੇ ਆ ਉਹ ਉਹਨਾਂ ਦੇ ਹਿਸਾਬ ਨਾਲ ਕਿ ਬ੍ਰੇਨ ਨੇ ਚੱਲਣਾ ਨਹੀਂ ਗਾ ਉਹਨਾਂ ਦੇ ਹਿਸਾਬ ਦੇ ਨਾਲ ਪਰ ਦੇਖੋ ਪਹਿਲਾਂ ਨਮੋਨੀਆ ਸੀ ਕਿਡਨੀਆਂ ਦਾ ਸੀ ਲੀਵਰ ਦਾ ਸੀਗਾ ਇਹ ਸਾਰੀਆਂ ਚੀਜ਼ਾਂ ਜੇ ਠੀਕ ਹੋ ਸਕਦੀਆਂ ਇਕੱਲਾ ਬ੍ਰੇਨ ਹੀ ਆ ਅਤੇ ਪਹਿਲਾਂ ਆਕਸੀਜਨ ਲੱਗੀ ਸੀ 100 'ਤੇ ਸੀ ਫਿਰ 70 'ਤੇ ਆ ਗਈ ਫਿਰ 30 'ਤੇ ਆ ਗਈ ਹੁਣ 25 'ਤੇ ਆ ਅਤੇ ਸਾਹ ਆਪਦਾ ਹੀ ਸਾਰਾ ਲੈ ਰਿਹਾ 21-22 ਤਾਂ ਸਾਹ ਸਾਰਾ ਆਪਾਂ ਲੈਂਦੇ ਹਾਂ ਜੀ ਅਤੇ ਹੁਣ ਸਾਹ ਸਾਰੇ ਆਪਦੇ ਹੀ ਲੈ ਰਿਹਾ ਮੈਨੂੰ ਅੰਦਰ ਨਰਸਾਂ ਨੇ ਜਾਂ ਡਾਕਟਰ ਨੂੰ ਮੈਂ ਪੁੱਛਦਾ ਉਹ ਕਹਿ ਦਿੰਦੇ ਬਰੀਥ ਇਹਨਾਂ ਦੀ ਆਪਦੀ ਆ ਹੈ ਨਾ
तो हार्ट चलता वा 96 तो कभी 87 तो ये नीयर चली जाता नहीं। हुण हार्ट भी पूरा कम करता पिया वा तो मैं किवें कह दा कि हाँ भी मर गई जां खत्म हो गई। मैनूं लोग कह रहे ने है ना कि मरी हुई पाई फिरदा इहदा। इह तां सी करमजीत दी साइड। उत्थे दूजे पासे असीं इंश्योरेंस एजेंट दा वी पक्ष जानना चाहिया जिन्हां ने अपने वल्लों जो भी कहानी सी उन्होंने अपने वल्लों बयान कीती ते इंश्योरेंस एजेंट दा इस मामले विच की कहना सी तुसीं खुद सुणो। तो मैं थोड़ा ये पूछना चाहती थी कि उन्होंने वालों क्या गया वा कि उन्होंने अपनी मदर की इंश्योरेंस जी तो करवाने सारे डॉक्यूमेंट्स वगैरह तो प्रोवाइड करवाए थे बट भी कुछ भी जोड़े वन थोड़ी नैगलीजेंस दिखाई गई तो उन्होंने जी इंश्योरेंस नहीं की गई हैगी जबकि सारे डॉक्यूमेंट्स वगैरह उन्होंने प्रोवाइड करवाते थे। ਪਾਲਿਸੀ ਨਹੀਂ ਹੋਈ ਹੈਗੀ ਵੀ ਤੁਸੀਂ ਪਾਲਿਸੀ ਨਹੀਂ ਕੀਤੀ ਹੈਗੀ ਸੋ 26 ਤਰੀਕ ਨੂੰ ਮੈਂ ਇਹਨਾਂ ਨੂੰ ਦੱਸਿਆ ਮੈਂ ਕਿਹਾ ਜੀ ਹਜੇ ਤਾਂ ਤੁਸੀਂ ਇਨਫੋਰਮੇਸ਼ਨ ਨਹੀਂ ਭੇਜੀ ਕੋਈ ਨਾ ਕੋਈ ਤੁਸੀਂ ਫਾਲੋਅਪ ਕੀਤਾ ਉਸ ਚੀਜ਼ ਤੇ ਤੇ ਇਹਨਾਂ ਨੂੰ ਕਲੀਅਰ ਹੋ ਗਿਆ ਵੀ ਨਹੀਂ ਪਲੀਸ ਹੋਈ ਫਿਰ ਵੀ ਇਹਨਾਂ ਨੇ ਕਿਹਾ ਵੀ ਭਾਜੀ ਐਨੀਵੇਸ ਤੁਸੀਂ ਕਰ ਦੋ ਓਕੇ ਮੈਂ ਇਹਨਾਂ ਨੂੰ ਉਦੋਂ ਵੀ ਅਪਫਰੰਟ ਕਲੀਅਰ ਕਰਤਾ ਸੀ ਮੈਂ ਕਿਹਾ ਐਟ ਦਿਸ ਮੋਮੈਂਟ ਇਹਦੇ ਕਲੇਮ ਆਪਾਂ ਨੂੰ ਮਿਲਣਾ ਨਹੀਂ ਹੈਗਾ ਬਿਕਾਜ਼ ਆਪਾਂ ਐਡਮਿਟ ਕਰ ਲੂ ਹੋਏ ਆ ਤੇ ਅੱਜ ਆਪਾਂ ਇਨ ਪਲੇਸ ਕਰ ਰਹੇ ਆ ਠੀਕ ਹੈ ਉਦੋਂ ਇਹਨਾਂ ਨੂੰ ਕਲੀਅਰ ਹੀ ਸੀਗਾ ਵੀ ਇਹਦਾ ਕਲੇਮ ਮਿਲਣਾ ਨਹੀਂ ਹੈਗਾ ਬਟ ਜਸਟ ਬਿਕਾਜ਼ ਦੇ ਇਨਸਿਸਟ ਆਈ ਗੈਟ ਦੀ ਥਿੰਗ ਇਨਟੂ ਇਨ ਪਲੇਸ ਪਰ ਜਿਵੇਂ ਕੋਈ ਜਿਵੇਂ ਆਪਾਂ ਕਹਿੰਦੇ ਆ ਕਿ ਵੀ ਕਿਸੇ ਨੇ ਇੰਸ਼ੋਰੈਂਸ ਪਾਲਿਸੀ ਵਗੈਰਾ ਕਰਵਾਉਣੀ ਆ ਤੇ ਉਹਨੇ ਤੁਹਾਨੂੰ ਡਿਟੇਲਸ ਦੇ ਦਿੱਤੀਆਂ ਤਾਂ ਕੀ ਤੁਹਾਨੂੰ ਤੁਸੀਂ ਉਹਨਾਂ ਨੂੰ ਬੈਕ ਕਾਲ ਨਹੀਂ ਕਰਦੇ ਵੀ ਤੁਹਾਡੀ ਪਾਲਿਸੀ ਦੇ ਵਿੱਚ ਇਹ ਚੀਜ਼ਾਂ ਇਹ ਤੁਹਾਨੂੰ ਮਿਲ ਰਹੀ ਆ ਪਾਲਿਸੀ ਜਾਂ ਇਹ ਬੈਟਰ ਤੁਹਾਡੇ ਲਈ ਬੈਨੀਫੀਸ਼ੀਅਲ ਹੋ ਸਕਦੀ ਆ ਜਦੋਂ ਮੈਮ ਇੱਕ ਵਾਰੀ ਉਹ ਇਨਫੋਰਮੇਸ਼ਨ ਸਾਰੀ ਭੇਜ ਦਿੰਦੇ ਨਾ ਕਲਾਇੰਟ ਮੈਮ ਜਦੋਂ ਕਹਿੰਦੇ ਆ ਵੀ ਹਾਂਜੀ ਵੀ ਆਹ ਕੋਟੇਸ਼ਨ ਬਣੀ ਹੈ ਵੀ $200 ਅਸੀਂ ਜਿਵੇਂ ਦੱਸਦਾ ਉਹਨਾਂ ਨੂੰ ਤੁਸੀਂ ਦੱਸ ਦਿੱਤਾ ਸੀ ਉਹਨਾਂ ਨੂੰ ਜਦੋਂ ਉਹਨਾਂ ਨੇ ਤੁਹਾਨੂੰ ਡੇਟ ਆਫ ਬਰਥ ਵਗੈਰਾ ਭੇਜੀ ਸੀ ਤੁਸੀਂ ਉਹਨਾਂ ਨੂੰ ਕੰਟੈਂਟ ਕੰਸੈਂਟ ਵਗੈਰਾ ਸਾਰਾ ਕੁਝ ਲੈਣ ਲਈ ਭੇਜੇ ਸੀ ਉਹਨਾਂ ਨੂੰ ਡਾਕੂਮੈਂਟਸ ਕਿ ਵੀ ਹਾਂਜੀ ਇੰਨਾ ਇਸ ਵਕਤ ਤੁਹਾਡਾ ਬਣ ਰਿਹਾ $200 ਜਾਂ $300 ਵੀ ਦੱਸੋ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿ ਨਹੀਂ 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 ਮੈਮ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਇਹਨਾਂ ਨੇ ਸਿਰਫ ਡੇਟ ਆਫ ਬਰਥ ਭੇਜੀ ਸੀ ਐਂਡ ਫਿਰ ਮੈਨੂੰ ਇਹ ਸੀ ਵੀ ਆਪੇ ਚਲੋ ਆਪਾਂ ਕਈ ਵਾਰ ਬਿਜ਼ੀ ਹੋ ਜਾਂਦੇ ਕੰਮ ਵਿੱਚ ਨਾ ਐਂਡ ਆਈ ਗੈਟ ਇਟ ਸਕਿਪ ਔਨ ਮਾਈ ਮਾਈਂਡ ਵੀ ਇਹਨਾਂ ਨੂੰ ਕੋਟੇਸ਼ਨ ਦੇਣੀ ਸੀ ਨਾ ਇਹਨਾਂ ਦੀ ਕਾਲ ਮੈਨੂੰ 5 ਦਿਨ ਆਈ ਹੈ ਪਹਿਲੀ ਗੱਲ ਚਲੋ ਬਾਕੀ ਚੱਲ ਇੱਕ ਪਾਸੇ ਰੱਖ ਦਿੰਨੇ ਗੱਲਾਂ ਆਪਾਂ ਕਲਾਇੰਟਸ ਨੂੰ ਕੋਈ ਵੀ ਮੈਮ ਨਵਾਂ ਆ ਪੁਰਾਣਾ ਆ ਉਹਨਾਂ ਨੂੰ ਇਹ ਤਾਂ ਪਤਾ ਨਾ ਵੀ ਬਿਨਾਂ ਕ੍ਰੈਡਿਟ ਕਾਰਡ ਤੋਂ ਕੋਈ ਵੀ ਪਾਲਿਸੀ ਇਨ ਪਲੇਸ ਹੋਊਗੀ ਦੈਟਸ ਵਾਈ ਮੈਂ ਤੁਹਾਨੂੰ ਨਾਲ ਗੱਲ ਕਰ ਰਹੀ ਹਾਂ ਨਾ ਕਿ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਹਾਨੂੰ ਉਹ ਜਾਣਦੇ ਸੀਗੇ ਸੋ ਉਹਨਾਂ ਨੇ ਇੱਕ ਗੁੱਡ ਫੇਥ ਦੇ ਉੱਤੇ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਹੋ ਸਕਦਾ ਕਿ ਪਰਸਨ ਨੇ ਉਹ ਕਿ ਆਪਣੇ ਵੱਲੋਂ ਕਰ ਦਿੱਤੀ ਹੋਵੇ $200 ਦਾ ਮੈਟਰ ਹੈਗਾ ਕੋਈ ਨਹੀਂ ਮੇਰੇ ਤੋਂ ਦੁਬਾਰਾ ਲੈ ਲੈਣਗੇ ਜਦੋਂ ਗੱਲ ਕਰਨਗੇ ਮੈਂ ਉਹਨਾਂ ਨੂੰ ਪੇ ਕਰ ਦੂੰਗਾ ਓਕੇ ਨਾ ਮੇਰੇ ਕੋਲ ਇਹਨਾਂ ਦੀ ਈਮੇਲ ਐਡਰੈਸ ਵੈਸੇ ਤੁਹਾਨੂੰ ਇਹ ਪਹਿਲਾਂ ਤੋਂ ਜਾਣਦੇ ਸੀਗੇ ਜਸਟ ਹਾਂਜੀ ਬਈ ਹੈਲੋ ਹਾਈ ਹੈਗੀ ਹੋਵੇ ਹਾਂਜੀ ਓਕੇ ਮਤਲਬ ਜਾਣਦੇ ਸੀਗੇ ਪਰ ਹੁਣ ਲਾਈਕ ਜਿਸ ਤਰੀਕੇ ਨਾਲ ਇਹ ਮੈਟਰ ਹੋ ਰਿਹਾ ਵਾ ਤੁਹਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਹੁਣ ਕੋਈ ਕੋਈ ਤਰੀਕਾ ਨਿਕਲ ਸਕਦਾ ਕੋਈ ਹੱਲ ਨਿਕਲ ਸਕਦਾ ਆ ਇਹਦੇ ਵਿੱਚ ਮੈਂ ਹੱਲ ਤਾਂ ਹੁਣ ਇਹ ਹੁਣ ਆਪਾਂ ਦੇਖੀਏ ਤਾਂ ਰਿਸਪੌਂਸਿਬਿਲਟੀ ਲੈਣੀ ਪੈਣੀ ਉਹਨਾਂ ਨੂੰ ਪੇਰੈਂਟਸ ਨੇ ਹਨਾ ਨਾ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਨਾ ਤੁਸੀਂ ਕਾਲ ਕੀਤੀ ਵੈਸੇ ਤੁਸੀਂ ਕੋਟੇਸ਼ਨ ਰੈਡੀ ਰੱਖੀ ਹੋਈ ਸੀ ਕੋਟੇਸ਼ਨ ਤਾਂ ਹਾਂਜੀ ਮੇਰੇ ਕੋਲ ਜਿਵੇਂ ਆਪਾਂ ਕੱਢ ਕੇ ਰੱਖ ਹੀ ਲੈਣੇ ਹੁੰਨੇ ਆ ਵੀ ਅੰਦਾਜ਼ਾ ਆਪਾਂ ਨੂੰ ਸੀਗਾ ਮੈਂ ਇਹਨਾਂ ਨੂੰ ਅੰਦਾਜ਼ਾ ਪਹਿਲਾਂ ਵੀ ਦੱਸਤਾ ਸੀਗਾ ਜੀ ਓਕੇ ਮੈਂ ਇਹਨਾਂ ਨੂੰ ਆਈਡੀਆ ਦਿੱਤਾ ਸੀਗਾ ਤੇ ਉਦੋਂ ਇਹਨਾਂ ਨੇ ਕਿਹਾ ਹੀ ਹੈ ਤੁਹਾਨੂੰ ਜਦੋਂ ਉਹਨਾਂ ਨੇ ਤੁਸੀਂ ਕਿਹਾ ਸੀ ਕਿ ਆਈਡੀਆ ਦੇ ਦਿੱਤਾ ਉਹ ਤਾਂ ਉਸ ਦਿਨ ਕਹਿ ਹੀ ਰਹੇ ਸੀਗੇ ਕਿ ਵੀ ਤੁਹਾਡੇ ਨਾਲ ਗੱਲ ਹੋਈ ਹੈ ਤੇ ਤੁਹਾਨੂੰ ਕਹਿ ਦਿੱਤਾ ਗਿਆ ਸੀ ਵੀ ਓਕੇ ਤੁਸੀਂ ਕਰ ਦਿਵੋ ਡਨ ਜੋ ਜੋ ਚਾਹੀਦਾ ਬਾਕੀ ਮੈਨੂੰ ਦੱਸ ਦਿਓ ਵੀ ਸਾਰੇ ਡਾਕੂਮੈਂਟਸ ਮੈਂ ਤੁਹਾਨੂੰ ਦੇ ਰਿਹਾ ਵਾਂ ਨਹੀਂ ਮੈਂ ਪਰ ਅਗੇਨ ਉਹ ਤਾਂ ਹੁਣ ਫਾਲੋਅਪ ਤਾਂ ਉਹਨਾਂ ਨੇ ਕਰਨਾ ਨੇ ਜਿਨ੍ਹਾਂ ਨੇ ਕਰਾਉਣੀ ਹੈ चलो ठीक है सर मतलब कि गल तो उही होगी ना कि भी ना तो तुहाडे वन्नियों प्रॉपर फॉलोअप किया गया ना उन्हां वन्नियों इस चीज़ के बारे में तुहानू बैक कॉल की गई कि भी कितने तक मेरी इंश्योरेंस पॉलिसी पहुंची कि तुसी कर भी दित्ती कि नहीं सो एक तरीके नाल जिहड़ी जान पछाणा थोड़ी जी महंगी पै गई इत्थे। दोस्तों इस मामले में तुसी दोवें पक्ष सुने ने हुण कसूर किसी भी धिर दा क्यों ना होवे पर इस वक्त माता जी दे इलाज दे उत्ते लखां डॉलर दा खर्चा आ रहा है।
ਅਜਿਹੇ ਦੇ ਵਿੱਚ ਇਹੀ ਅਪੀਲ ਕਰਾਂਗੇ ਕਿ ਜਦੋਂ ਵੀ ਕੋਈ ਕੈਨੇਡਾ ਦੇ ਵਿੱਚ ਆਉਂਦਾ ਆ ਤਾਂ ਇੰਸ਼ੋਰੈਂਸ ਨੂੰ ਲੈ ਕੇ ਕਦੇ ਵੀ ਲਾਪਰਵਾਹੀ ਨਾ ਵਰਤੋ। ਅੱਜ ਦੀ ਇਹ ਸਟੋਰੀ ਤੁਹਾਨੂੰ ਦਿਖਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਕਈ ਵਾਰੀ ਤੁਹਾਡੇ ਵੱਲੋਂ ਕੀਤੀ ਗਈ ਛੋਟੀ ਜਿਹੀ ਨੈਗਲੀਜੈਂਸ ਜਿਹੜੀ ਆ ਉਹ ਬਹੁਤ ਭਾਰੀ ਪੈ ਸਕਦੀ ਹੈ, ਅਤੇ ਅਜਿਹੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚੋ ਅਤੇ ਜਲਦੀ ਜਾਣ ਪਛਾਣ ਦੀ ਵੀ ਚਾਹੇ ਗੱਲ ਹੋਵੇ ਕਿਸੇ 'ਤੇ ਭਰੋਸਾ ਨਾ ਕਰੋ। ਆਪਣਾ ਕੰਮ ਖੁਦ ਕਰੋ ਅਤੇ ਖੁਦ ਕਰਵਾਓ।